ਜੇ ਅਸੀਂ ਕੁਦਰਤ ਤੇ ਉਸ ਦੀਆਂ ਸ਼ਕਤੀਆਂ ਨੂੰ ਹੀ ਰੱਬ ਦਾ ਦਰਜਾ ਦੇ ਦਈਏ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਕੁਦਰਤ ਰੂਪੀ ਖਜ਼ਾਨੇ ਨੂੰ ਮਨੁੱਖ ਨੇ ਆਪਣੇ ਦਿਮਾਗ ਅਤੇ ਸਖਤ ਮਿਹਨਤ ਨਾਲ ਢਿੱਡ ਭਰਨ ਜਿਹੀ ਬੁਨਿਆਦੀ ਲੋੜ ਤੋਂ ਲੈ ਕੇ ਸੁੱਖ ਸਹੂਲਤ ਤੱਕ ਦੇ ਸਾਧਨਾਂ ਨੂੰ ਵਿਕਸਿਤ ਕਰਨ ਲਈ ਵਰਤਿਆ ਤੇ ਆਪਣੇ ਆਪ ਨੂੰ ਪਸ਼ੂਆਂ ਦੀ ਸ਼੍ਰੇਣੀ ਚੋਂ ਕੱਢ ਕੇ ਇੱਕ ਸਾਧਨ ਸੰਪੰਨ ਜੀਵ ਦੇ ਰੂਪ ਵਿੱਚ ਵਿਕਸਿਤ ਕੀਤਾ। ਕੁਦਰਤ ਦੀਆਂ ਅਜਿਹੀਆਂ ਹੀ ਸ਼ਕਤੀਆਂ ਵਿੱਚੋਂ ਇੱਕ ਸ਼ਕਤੀ ਹੈ ਪਾਣੀ ਨਾਲ ਭਰੇ ਕਾਲੇ ਬੱਦਲ। ਕਣਕਾਂ ਦੀ ਵਾਢੀ ਤੋਂ ਬਾਅਦ ਜੂਨ ਜੁਲਾਈ ਦਾ ਮਹੀਨਾ ਹੁੰਦਾ ਹੈ ਝੋਨੇ ਦੀ ਬਿਜਾਈ ਦਾ। ਅਸੀਂ ਸਾਰੇ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਝੋਨੇ ਦੀ ਫਸਲ ਲਈ ਪਾਣੀ ਬਹੁਤ ਵੱਡੀ ਮਾਤਰਾ ਵਿੱਚ ਚਾਹੀਦਾ। ਉਸ ਪਾਣੀ ਦੀ ਪੂਰਤੀ ਜੇ ਰੱਬ ਰੂਪੀ ਕੁਦਰਤ ਹੀ ਕਰ ਦੇਵੇ ਤਾਂ ਇਸ ਤੋਂ ਚੰਗੀ ਗੱਲ ਕੀ ਹੋ। ਬਾਰਿਸ਼ ਦੀਆਂ ਬੂੰਦਾਂ ਜਦੋਂ ਕਿਣਮਿਣ ਕਿਣਮਿਣ ਕਰਦੀਆਂ ਸੁੱਕੀ ਧਰਤੀ ਤੇ ਡਿੱਗਦੀਆਂ ਨੇ ਤਾਂ ਇੰਜ ਲੱਗਦਾ ਹੈ ਜਿਵੇਂ ਕੁਦਰਤ ਨੇ ਖੁਸ਼ੀਆਂ ਭਰਿਆ ਸੰਗੀਤ ਕੰਨਾਂ ਵਿੱਚ ਘੋਲ ਦਿੱਤਾ ਹੋਵੇ। ਭਾਰਤੀ ਧਰਮ ਸ਼ਾਸਤਰ ਵਿੱਚ ਮੀਂਹ ਦੀ ਆਮਦ ਨੂੰ ਇੰਦਰ ਦੇਵਤਾ ਦੇ ਖੁਸ਼ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਜਦੋਂ ਇਹੀ ਮੀਂਹ ਜ਼ਰੂਰਤ ਤੋਂ ਜ਼ਿਆਦਾ ਪੈ ਜਾਵੇ ਤਾਂ ਫਿਰ ਇਹ ਰੱਬ ਦੇ ਗੁੱਸੇ ਦਾ ਪ੍ਰਤੀਕ ਵੀ ਬਣ ਜਾਂਦਾ ਹੈ। ਪਾਣੀ ਜੋ ਧਰਤੀ ਦੇ ਜੀਵਾਂ ਲਈ ਜੀਵਨ ਦਾ ਸਰੋਤ, ਉਹ ਛੇਤੀ ਹੀ ਮੁਸੀਬਤਾਂ ਦਾ ਹੜ੍ਹ ਵੀ ਬਣ ਜਾਂਦਾ ਹੈ। ਕਹਿੰਦੇ ਹਨ ਕਿ ਇੱਕ ਵਾਰ ਇੱਕ ਇਲਾਕੇ ਵਿੱਚ ਅੰਤਾਂ ਦਾ ਸੋਕਾ ਪਿਆ। ਉੱਥੋਂ ਦੇ ਲੋਕ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸਣ ਲੱਗ ਪਏ। ਫਿਰ ਸਾਰਿਆਂ ਪਿੰਡਾਂ ਦੇ ਲੋਕਾਂ ਨੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਬਹੁਤ ਵੱਡਾ ਯੱਗ ਕੀਤਾ। ਯੱਗ ਤੋਂ ਪ੍ਰਭਾਵਿਤ ਹੋ ਕੇ ਇੰਦਰ ਦੇਵਤਾ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਲੋਕਾਂ ਨੇ ਆਪਣੀ ਮੰਗ ਪੇਸ਼ ਕੀਤੀ ਤਾਂ ਇੰਦਰ ਦੇਵਤਾ ਨੇ ਕਿਹਾ ਕਿ ਉਹ ਜਾਂ ਤਾਂ 3 ਵਰਿਆਂ ਦਾ ਸੋਕਾ ਦੇ ਸਕਦਾ ਜਾਂ 3 ਦਿਨਾਂ ਦਾ ਮੋਹਲੇ ਧਾਰਨੀ। ਗੱਲ ਸੁਣ ਕੇ ਇੱਕ ਸਿਆਣੇ ਬਜ਼ੁਰਗ ਨੇ ਕਿਹਾ